ਪੁਲਵਾਮਾ ਵਿਖੇ ਸੀਆਰਪੀਐਫ ਦੇ ਜਵਾਨਾਂ ਤੇ ਹੋਏ ਆਤੰਕੀ ਹਮਲੇ ਤੋਂ ਬਾਅਦ ਦੇਸ਼ ਭਰ ਦੇ ਵੱਖ ਵੱਖ ਕਾਲਜਾਂ 'ਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਲਈ ਵਿਰੋਧ ਭਰਿਆ ਹੈ। ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਅਧਿਕਾਰ ਖੇਤਰ 'ਚ ਆਉਣ ਦੇ ਕਾਲਜਾਂ ਦੀ ਜਿੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ, ਉੱਥੇ ਹੀ ਪੁਲਿਸ ਵੱਲੋਂ ਸੰਬੰਧਿਤ ਵਿਦਿਆਰਥੀਆਂ ਨੂੰ ਸੁਰੱਖਿਆ ਪ੍ਰਤੀ ਅਵੇਅਰ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਪੁਲਿਸ ਦੇ ਆਲਾ ਅਫਸਰਾਂ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਅਤੇ ਕਾਲਜਾਂ ਦੇ ਪ੍ਰਤੀਨਿਧੀਆਂ ਨਾਲ ਬੈਠਕ ਕੀਤੀ ਗਈ। ਡਿਪਟੀ ਕਮਿਸ਼ਨਰ ਆਫ ਪੁਲਿਸ ਅਸ਼ਵਨੀ ਕਪੂਰ ਨੇ ਦੱਸਿਆ ਕਿ ਲੁਧਿਆਣਾ 'ਚ ਅਜੇ ਤੱਕ ਇਹੋ ਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ। ਲੁਧਿਆਣਾ ਦੇ ਵੱਖ ਵੱਖ ਕਾਲਜਾਂ ਵਿੱਚ ਕਰੀਬ 120 ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੰਟਰੋਲ ਰੂਮ ਦੇ ਨੰਬਰ ਅਤੇ ਪੁਲਿਸ ਐਪ ਦੀ ਜਾਣਕਾਰੀ ਦਿੱਤੀ ਗਈ ਹੈ। ਇਹਦੇ 'ਚ ਅਸੀਂ ਪਹਿਲੇ ਤਾਂ ਵੱਖ ਵੱਖ ਇੰਸਟੀਚਿਊਟਸ ਨਾਲ ਕੀਤਾ ਸੀਗਾ, ਫਿਰ ਉਹਨਾਂ ਦੇ ਸਾਰੇ ਜਿੰਨੇ ਇੰਸਟੀਚਿਊਟਸ ਸਟੂਡੈਂਟ ਸੀਗੇ ਉਹਨਾਂ ਨੂੰ ਇੱਕ ਕੌਨਫੀਡੈਂਸ ਬਿਲਡਿੰਗ ਵਾਸਤੇ 2-3 ਦਿਨ ਤੋਂ ਮੀਟਿੰਗਸ ਚੱਲ ਰਹੀਆਂ। ਅੱਜ ਸਾਰਿਆਂ ਨੂੰ ਇੱਥੇ ਅਸੀਂ ਸਿੰਗਲ ਵਿੰਡੋ 'ਤੇ ਆਪਣੇ CPRC 'ਤੇ ਇਕੱਠਾ ਕਰਕੇ ਉਹਨਾਂ ਨੂੰ ਬਰੀਫ ਕੀਤਾ ਸੀਗਾ। ਉਹਨਾਂ ਦੇ ਨਾਲ ਸਕੂਲ ਦੇ ਵੀ ਕੋਈ ਨਾ ਕੋਈ ਜਿਹੜਾ ਰਿਪ੍ਰੈਜੈਂਟੇਟਿਵ ਸੀ ਜਾਂ ਸਕੂਲ ਕਾਲਜ ਜਾਂ ਇੰਸਟੀਚਿਊਟ ਜਿਸ 'ਚ ਵੀ ਸੀਗੇ ਉੱਥੋਂ ਵੀ ਉਹ ਵੀ ਬੁਲਾਏ ਸੀਗੇ ਔਰ ਉਹਨਾਂ ਨੂੰ ਅਪਰਾਈਜ਼ ਕੀਤਾ ਸੀਗਾ ਕਿ ਇਨ ਕੇਸ ਆਫ ਕੋਈ ਐਮਰਜੈਂਸੀ ਹੈਗੀ ਹੈ ਤਾਂ ਅਸੀਂ ਫੋਨ ਨੰਬਰਸ ਵਗੈਰਾ ਉਹਦੀ ਪੋਸਟਰਸ ਵੀ ਵੱਡੇ ਬਣਾ ਕੇ ਹਰ ਇੰਸਟੀਚਿਊਟ 'ਚ ਲਗਵਾਏ ਹੈ ਕਿ ਅਗਰ ਕੋਈ ਤੰਗ ਪਰੇਸ਼ਾਨ ਕਰਦਾ ਤਾਂ ਇਮੀਡੀਏਟਲੀ ਇਸ ਐਪ ਨੂੰ ਵੀ ਡਾਊਨਲੋਡ ਕਰ ਲੈਣ ਔਰ ਇਸ ਨੰਬਰਸ ਦੇ ਉੱਤੇ ਕਰ ਸਕਦੇ ਹਾਂ ਕਿ ਕੰਸਰਨ ਹੈ। ਤਾਂ ਕੁਛ ਇੱਕ ਉਹਨਾਂ ਦੀ ਸੀਗੀਆਂ ਕਿ ਕਈ ਇੰਸਟੀਚਿਊਟਸ ਨੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਹੈ ਕੁਛ ਅਰਸੇ ਦੀ ਔਰ ਕੁਛ ਇੱਕ ਨੂੰ ਨਹੀਂ ਦਿੱਤੀ, ਤਾਂ ਉਹ ਪੁਆਇੰਟਸ ਸੈਪਰੇਟਲੀ ਅਸੀਂ ਟੇਕਅਪ ਕਰ ਲਾਂਗੇ। ਬਟ ਹਜੇ ਤੱਕ ਲੁਧਿਆਣਾ ਕਮਿਸ਼ਨਰੇਟ 'ਚ ਉਹਨਾਂ ਦੇ ਮੁਤਾਬਕ ਦੱਸਣ ਦੇ ਮੁਤਾਬਕ ਜਾਂ ਸਾਡਾ ਜਿਹੜਾ ਰਿਕਾਰਡ ਹੈ ਹਜੇ ਤੱਕ ਉਸ ਮੁਤਾਬਕ ਸਾਨੂੰ ਕੋਈ ਇਹੋ ਜਿਹੇ ਇੰਸੀਡੈਂਟ ਦੀ ਰਿਪੋਰਟ ਨਹੀਂ ਹੋਇਆ ਵਿਦ ਇਨ ਜੁਰਿਸਡਿਕਸ਼ਨ ਆਫ ਕਮਿਸ਼ਨਰੇਟ ਲੁਧਿਆਣਾ। ਟੋਟਲ ਇਹ 120 ਸਟੂਡੈਂਟਸ ਹੈ J&K ਤੋਂ ਜਿਹੜੇ ਇੱਥੇ ਪੜ੍ਹ ਰਹੇ ਹਨ, ਜਿਨ੍ਹਾਂ 'ਚੋਂ ਅਪਰੋਕਸੀਮੇਟਲੀ 87 ਜਿਹੜੇ ਹੈਗੇ ਆ ਮੇਲ ਸਟੂਡੈਂਟਸ ਹੈ, 33 ਜਿਹੜੇ ਹੈਗੇ ਆ ਉਹ ਫੀਮੇਲ ਸਟੂਡੈਂਟਸ ਹੈ ਜੀ। ਬਿਲਕੁਲ ਜਿਵੇਂ ਮੈਂ ਪਹਿਲੇ ਦੱਸਿਆ ਕਿ ਕਿਤੇ ਹੋਰ ਹੋਏ ਹੋਣ ਤਾਂ ਅਸੀਂ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ, ਹੋਏ ਹੋਣਗੇ ਔਰ ਸੋਸ਼ਲ ਮੀਡੀਆ 'ਤੇ ਵੀ ਹੋਏ ਹੈ, ਲੇਕਿਨ ਇੱਥੇ ਜਿਹੜਾ ਵਿਦ ਇਨ ਦਾ ਜੁਰਿਸਡਿਕਸ਼ਨ ਆਫ ਲੁਧਿਆਣਾ ਕਮਿਸ਼ਨਰੇਟ ਹੈ ਕੋਈ ਇੰਸੀਡੈਂਟ ਰਿਪੋਰਟ ਨਹੀਂ ਹੋਇਆ। ਔਰ ਉਹ ਹੁਣ ਤੁਹਾਡੇ ਸਾਹਮਣੇ ਜਿੰਨੇ ਵੀ ਸਟੂਡੈਂਟਸ ਅਸੀਂ 100-125 ਜਿੰਨੇ ਵੀ ਸੀਗੇ 120 ਦੇ ਕਰੀਬ ਉਹ ਬੁਲਾ ਕੇ ਵੀ ਪੁੱਛਿਆ ਤਾਂ ਕੋਈ ਕਿਸੇ ਨੇ ਰਿਪੋਰਟ ਨਹੀਂ ਦਿੱਤੀ ਕਿ ਇੱਦਾਂ ਦਾ ਕੋਈ ਕਿਸੇ ਨਾਲ ਹਾਦਸਾ ਵਾਪਰਿਆ। ਨਹੀਂ, ਇੱਕ ਤਾਂ ਜੋ ਕੰਟਰੋਲ ਰੂਮ ਦੇ ਨੰਬਰ ਹੈ ਜੀ 112, ਇੱਕ ਸਾਡੇ ਇੱਥੇ ਡਿਸਟ੍ਰਿਕਟ ਕੰਟਰੋਲ ਰੂਮ ਦਾ ਨੰਬਰ ਹੈਗਾ, ਉਸ ਤੋਂ ਇਲਾਵਾ ਇੱਕ ਜਿਹੜੀ ਸਾਡੀ ਐਪ ਹੈਗੀ ਹੈ ਸ਼ਕਤੀ ਐਪ, ਜਿਹਦੇ 'ਚ ਉਹ 'ਚ ਪ੍ਰੀ ਡਿਫਾਈਂਡ ਇੱਕ ਤਾਂ ਉਹ ਹੈਗਾ ਹੀ ਹੈ ਕਿ ਸਾਡੇ ਕੰਟਰੋਲ ਰੂਮ ਨਾਲ ਕਨੈਕਟਡ ਹੈਗਾ ਹੀ ਹੈ, ਪਲੱਸ ਉਸ ਤੋਂ ਇਲਾਵਾ ਤੁਸੀਂ ਜਿਹੜੇ 5 ਨੰਬਰ ਆਪਣੇ ਫੀਡ ਕਰਦੇ ਹੋ 5 ਕੰਟੈਕਟਸ ਨੂੰ ਵੀ ਇਮੀਡੀਏਟਲੀ ਇਨਫੋਰਮੇਸ਼ਨ ਚਲੀ ਜਾਂਦੀ ਵਿਦ ਯੂਅਰ ਲੋਕੇਸ਼ਨ। ਇਹਦੇ ਲਈ ਸਾਰੇ ਵੈਸੇ ਤਾਂ ਜਿੰਨੇ ਸਾਡੇ ਜ਼ੋਨ ਦੇ ADCPs ਔਰ ACPs ਹੈ ਉਹ ਤਾਂ ਹੈਗੇ ਹੀ ਆ, ਡੈਜੀਗਨੇਟਡ ਹੈਗੇ ਹੀ ਆ। ਤਾਂ ਮਿਸਟਰ ਸੁਰਿੰਦਰ ਲਾਂਬਾ ਹੈਗੇ ADCP ਸਪੈਸ਼ਲ ਬ੍ਰਾਂਚ, ਉਹ ਇਹਨੂੰ ਸੈਪਰੇਟਲੀ ਸਿੰਗਲ ਹੈਂਡਲੀ ਕਰ। ਬਿਊਰੋ ਰਿਪੋਰਟ, ਲੁਧਿਆਣਾ ਵਿਊ।